भावें शहजादी तो उधर भी खलोती है पर उधर तो नहीं जाना, आपां जाना एदे ते। कहाँ जा रही हो? हैं? पता नहीं? किसे पता है? क्या लगा रही हो? रूस क्या लगा रही हो? बोलो। कुर 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 दुग 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 कट 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 अस्सलाम वालेकुम दोस्तों, वेलकम टू माय यूट्यूब चैनल। ते सुबह उठ के नाश्ता वगैरह करके नहा नू के हो गए फ्रैश, ते हुण असी जा रहे हैं जी नाल दे पिंड। जिवें तुहानू पिछली वीडियो दे विच मैं दस्या सी कि साडे इक मामू ने जिहड़े ਪੱਠੇ ਕੁਤਰਨ ਵਾਲੀ ਜਿਹੜੀ ਸ਼ਾਫਟ ਹੁੰਦੀ ਹੈ ਮਸ਼ੀਨ ਦੀ, ਉਹਦੇ ਵਿੱਚ ਆ ਕੇ ਅਤੇ ਉਹਨਾਂ ਦਾ ਆ ਹੱਥ ਦਾ ਅੰਗੂਠਾ ਜਿਹੜਾ ਕੱਟਿਆ ਗਿਆ ਸੀ, ਅਤੇ ਅੱਜ ਅਸੀਂ ਚੱਲੇ ਉਹਨਾਂ ਦਾ ਪਤਾ ਕਰਨ ਅਤੇ ਰੈਡੀ ਵਗੈਰਾ ਹੋ ਕੇ ਅਤੇ ਹੁਣ ਨਿਕਲਣ ਲੱਗੇ। ਅਤੇ ਫਿਰ ਬਾਕੀ ਅਤੇ ਰਾਤ ਵਾਲਾ ਵਲੋਗ ਥੋੜ੍ਹਾ ਜਿਹਾ ਲੇਟ ਅਪਲੋਡ ਕੀਤਾ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਾਤ ਪਾਕਿਸਤਾਨ ਅਤੇ ਇੰਡੀਆ ਦਾ ਮੈਚ ਸੀ ਜਿਹੜਾ ਕਿ ਆਪਾਂ ਹਾਰ ਗਏ ਹਾਂ। ਲੇਕਿਨ ਕੋਈ ਗੱਲ ਨਹੀਂ, ਮੈਚ ਬੜਾ ਅੱਛਾ ਹੋਇਆ, ਬੜਾ ਜ਼ਬਰਦਸਤ ਮੈਚ ਵੇਖਣ ਦਾ ਮਜ਼ਾ ਆਇਆ। ਇਸ ਵਜ੍ਹਾ ਤੋਂ ਫਿਰ ਰਾਤ ਦਾ ਜਿਹੜਾ ਵਲੋਗ ਸੀ ਉਹ ਥੋੜ੍ਹਾ ਜਿਹਾ ਲੇਟ ਅਪਲੋਡ ਕੀਤਾ ਸੀ। ਚਲੋ ਕੋਈ ਗੱਲ ਨਹੀਂ, ਰਾਤ ਵਾਲੇ ਮੈਚ ਹਾਰ ਗਏ ਅਤੇ 4 ਤਰੀਕ ਨੂੰ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਕਿ ਫਿਰ ਇੰਡੀਆ ਅਤੇ ਪਾਕਿਸਤਾਨ ਦਾ ਮੈਚ ਆ, ਅਤੇ ਇਨਸ਼ਾਅੱਲਾ 4 ਤਰੀਕ ਨੂੰ ਬਦਲਾ ਲਵਾਂਗੇ ਇੰਡੀਆ ਕੋਲੋਂ। 4 ਤਰੀਕ ਵਾਲਾ ਮੈਚ ਜਿੱਤਾਂਗੇ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਫਾਈਨਲ ਵੀ ਇੰਡੀਆ ਨਾਲ ਪੈਣਾ ਆਪਣਾ, ਅਤੇ ਫਾਈਨਲ ਵੀ ਇੰਡੀਆ ਕੋਲੋਂ ਆਪਾਂ ਜਿੱਤਣਾ ਇਨਸ਼ਾਅੱਲਾ। ਸਾਰੇ ਵੀਰ ਦੁਆ ਕਰਿਓ, ਅਤੇ ਉਹਦੇ ਨਾਲ ਨਾਲ ਇੱਕ ਹੋਰ ਦੁਆ, ਜਿਹੜੇ ਸੈਲਾਬ ਵਿੱਚ ਲੋਕ ਫਸੇ ਉਹਨਾਂ ਵਾਸਤੇ ਵੀ ਖਸੂਸੀ ਕਰਿਆ ਕਰੋ ਅਤੇ ਤਾਵਨ ਵੀ ਕਰਿਆ ਕਰੋ ਜਿੰਨਾ ਹੋ ਸਕੇ। ਅੱਜ ਗਰਮੀ ਬੜੀ ਜ਼ਿਆਦਾ ਆ, ਬੱਦਲ ਜਿਹੜੇ ਨੇ ਉਹ ਭੱਜ ਭੁੱਜ ਗਏ ਨੇ, ਧੁੱਪ ਨਿਕਲੀ ਹੈ ਬੜੀ ਕੜਾਕੇਦਾਰ। ਹੁਣ ਵੈਸੇ ਵੀ ਇੰਨੇ ਦਿਨ ਝੜ ਰਹਿ ਰਹਿ ਕੇ ਥੋੜ੍ਹੀ ਜਿਹੀ ਧੁੱਪ ਨਿਕਲਦੀ ਤਾਂ ਬੜੀ ਤੇਜ਼ ਲੱਗਦੀ, ਬੜੀ ਤੇਜ਼ ਧੁੱਪ ਆ। ਅਤੇ ਗੱਡੀ ਵੀ ਘਰ ਕੋਨੀ ਗਈ, ਛੋਟੀ ਸ਼ਰਾੜ ਖਲੋਤੀ, ਵੱਡੀ ਗਈ ਹੈ ਮੁਲਤਾਨ। ਵੱਡੇ ਭਾਈ ਗੁਲਸ਼ੇਰ ਦੇ ਜਿਹੜੇ ਸੁੱਸਰ ਸਨ ਉਹਨਾਂ ਨੂੰ ਹੋ ਗਿਆ ਹਾਰਟ ਅਟੈਕ, ਅਤੇ ਉਹ ਗੱਡੀ 'ਤੇ ਉੱਧਰ ਚਲੇ ਗਏ ਨੇ, ਨਹੀਂ ਤਾਂ ਸ਼ਾਇਦ ਗੱਡੀ 'ਤੇ ਚਲੇ ਜਾਂਦੇ। ਹੁਣ ਜਾਣਾ ਪੈਣਾ ਸਾਹਮਣੇ ਵਾਲੀ ਬਾਈਕ 'ਤੇ। ਹੁਣ ਆਪਾਂ ਚੱਲਾਂਗੇ ਇਸ ਦੇ ਉੱਤੇ ਹੀ, ਆਪਣੀ ਲੈਂਡ ਕਰੂਜ਼ਰ। ਭਾਵੇਂ ਸ਼ਹਿਜ਼ਾਦੀ ਤਾਂ ਉੱਧਰ ਵੀ ਖਲੋਤੀ ਆ ਪਰ ਉਹਦੇ 'ਤੇ ਨਹੀਂ ਜਾਣਾ, ਆਪਾਂ ਜਾਣਾ ਇਹਦੇ 'ਤੇ। ਵੈਲਕਮ ਬੈਕ ਜੀ, ਅਸੀਂ ਮਾਮੂ ਦਾ ਪਤਾ ਕਰਕੇ ਆ ਗਏ ਵਾਪਸ ਘਰ, ਅਤੇ ਉੱਥੇ ਵੀਡੀਓ ਵਗੈਰਾ ਨਹੀਂ ਬਣਾ ਸਕਿਆ ਕਿਉਂਕਿ ਉੱਥੇ 4-5 ਫੈਮਲੀਆਂ ਇਕੱਠੀਆਂ ਹੋਈਆਂ ਸੀ, ਉੱਥੇ ਕਾਫੀ ਰਸ਼ ਸੀ। ਅਤੇ ਮੈਂ ਹੁਣ ਪਹੁੰਚ ਆਇਆ ਆਪਣੇ ਘਰ, ਆ ਕੇ ਕੱਪੜੇ ਵਗੈਰਾ ਚੇਂਜ ਕਰਕੇ ਹੁਣ ਲੇਟ ਗਿਆ ਕਿਉਂਕਿ ਗਰਮੀ ਬੜੀ ਜ਼ਿਆਦਾ ਸੀ ਅਤੇ ਥੱਕ ਗਿਆ ਅੱਜ। ਅਤੇ ਹੁਣ ਪ੍ਰੋਗਰਾਮ ਹੈ ਮੇਰਾ ਸੌਣ ਦਾ, ਅਤੇ ਹੁਣ ਸੌਂਦੇ ਹਾਂ, ਕੋਈ ਅੱਧਾ ਘੰਟਾ ਆਰਾਮ ਕਰਨੇ ਆ। ਅਤੇ ਸੌਂ ਕੇ ਮੈਂ ਉੱਠ ਗਿਆ ਅਤੇ ਹੁਣ ਹੋ ਗਿਆ ਗੇਮ ਦਾ ਟਾਈਮ, ਉੱਠ ਕੇ ਸ਼ਰਟ ਵਗੈਰਾ ਪਾ ਲਈ ਅਤੇ ਹੁਣ ਦੂਸਰੇ ਮੁੰਡੇ ਬਾਹਰ ਆ ਗਿਆ ਅਤੇ ਅਸੀਂ ਜਾ ਰਹੇ ਹਾਂ ਗੇਮ ਵੱਲ। ਅਤੇ ਅੱਜ ਦੇ ਵਾਸਤੇ ਇੰਨਾ ਹੀ, ਮੈਂ ਨਹਾ ਕੇ ਜ਼ਰਾ ਫਰੈਸ਼ ਹੋ ਕੇ ਗਰਾਊਂਡ ਵੱਲ ਚੱਲਾਂ, ਕੱਲ੍ਹ ਇਨਸ਼ਾਅੱਲਾ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਤਮਾਮ ਦੋਸਤ ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼।